हेलो जी, हाउ आर यू? साडे वालों प्यार भरी सत श्री अकाल। अज बहुत ही वधिया वीडियो तुहाडे वास्ते लैके आए, ते ये हैगी वीडियो नासर मदनी साहब, जिहड़े मौलाना नासर मदनी साहब ने बड़िया प्यार दे नाल गल्लां मिठे मिठे जबान दे विच समझांदे ने। मित्रों, आपां अज इहनां दी वीडियो देख रहे हैं, ते इस वीडियो ते आपां मिलके करांगे रिएक्शन। ते मित्रों, आओ जल्दी नाल साडे चैनल नूं कर लो सबसक्राइब, लाइक करो, शेयर करो, ते कमेंट करना नहीं भुलना, कमेंट जरूर कर दिया करो मित्रों। तो दूसरे नंबर पर तुहानू वीडियो कैसी लगी तो कमेंट करा करो, तो मित्रों वीडियो देख भी पूरा लिया करो, तो मित्रों शेयर भी जरूर कर दिया करो। आओ मिलकर आप देखते हैं इस वीडियो। दो तीन महीने मुंडिया करीम लाइनिया सर्दी च, तो मूँह मरीकन होना, तौन फरीकन होनी। सही है, अल्लाह जानता है जी। वो पुत्रो, इन्हों चीज़ा झुसन नहीं बोलो, इन्ह चीज़ों च किसी बर्फ का कौला दे ना, बिल्कुल सुने तू उधर लै चल। सही मुंडा एक मैनू कहता, मौलवी जी मेरा बेगम ना गल कर जी नहीं करता। मैं तू पहलो करना स, करना स, मैं तेरा पैकेज मुक गया हूं, तू कर लिया जड़िया करनी सी, हूं बार नवी आनिया ने खुल जड़िया करनी तू पहलो कर लिया। ਉਹ ਫੁੱਫੀ ਆਂਦੀ ਏ ਵੀ 5 ਰੁਪਏ ਕਿਲੋ ਮਟਰ ਨੇ, ਤਵਜੋ ਏ ਬੱਚੇ ਤਵਜੋ, 5 ਰੁਪਏ ਕਿਲੋ। ਸਾਡਾ ਵਜ਼ੀਰ ਖਜ਼ਾਨਾ ਆਂਦਾ 17 ਰੁਪਏ ਕਿਲੋ ਟਮਾਟਰ ਨੇ। ਹਾਂਜੀ, ਜਿਨ੍ਹਾਂ ਵਜ਼ੀਰਾਂ ਨੂੰ ਰੇਟਾਂ ਦਾ ਨਹੀਂ ਪਤਾ, ਉਹਨਾਂ ਤੇਰੇ ਮੁਲਕ ਦਾ ਦਫਾ ਘਟਾ ਕਰਨਾ। ਬਿਲਕੁਲ ਮਿੱਤਰੋ, ਕੁਰਸੀ ਤੋਂ ਜ਼ਿਆਦਾ ਮਹਿੰਗਾਈ ਹੋ ਚੁੱਕੀ ਹੈ। ਬਿਲਕੁਲ, ਇਹਨਾਂ ਨੂੰ ਰੇਟਾਂ ਦਾ ਨਹੀਂ ਪਤਾ, ਰੇਟ ਮੰਡੀਆਂ ਦੇ 5 ਰੁਪਏ ਕਿਲੋ ਮਟਰ ਤੇ ਬੇਬੀਆਂ ਨੂੰ ਤਲਾਕਾਂ ਹੀ ਹੋਣੀਆਂ ਨੇ। ਬੰਦੇ ਆਖਣਾ ਸਾਡੇ ਕੋਲ 200 ਲਿਆ ਜੇ, 5 ਦੇ ਲਿਆ ਕੇ 195 ਖਾ ਗਈਆਂ ਜੇ ਵਿੱਚ। ਪਾਣੀ ਵੀ ਗੰਦਾ ਹੋਊ, ਨਲਕੇ ਤੋਂ ਪਾਣੀ ਪੀਣਗੇ ਵੀ ਨਹੀਂ, ਪਾਣੀ ਡਿੱਗ ਪਏਗਾ, ਨਲਕਾ ਤੇ ਹੱਥੀ ਜਾ ਕੇ ਲੈ ਜਾਣਗੇ। ਹਾਂਜੀ, ਸੱਚੀ ਗੱਲ। ਬੇਗਮ ਜਾਂਦੇ ਆ ਅੱਗੇ, ਤਿੱਕਾ ਬੋਟੀ, ਮਲਾਈ ਬੋਟੀ, ਸ਼ਵਾਰਮਾ, ਬਰਗਰ, ਬਾਰਬੀ ਕਿਊ, ਫਿਸ਼ ਐਂਡ ਫਿਸ਼, ਲੈਗ ਪੀਸ, ਚੈਸਟ ਐਂਡ ਬੈਸਟ ਹੈ, ਸੂਪ ਬੋਲੋ, ਸੂਪ ਯਖਨੀ ਅੱਗੇ ਰੱਖੇ ਤੇ ਇੱਕ ਵਾਰ ਕਹਿ ਦੇਣ ਅੱਜ ਬੜੇ ਸੋਹਣੇ ਲੱਗਦੇ ਤੇ ਆ ਪੈਸੇ ਵਹਾਉਣ ਦੇ। ਬੰਦਾ ਉਸ ਵੇਲੇ ਕਹਿੰਦਾ ਲਓ ਜਨਾਬ, ਤੁਹਾਡਾ ਹੀ ਸਾਰਾ ਕੁਛ। ਆ ਦੋ ਤਾਏ ਬੈਠੇ ਨੇ ਸੇਵਾ ਕੋ ਚਮਕ ਦੇ, ਇੱਧਰ ਆ ਵੇਖੋ ਵਟਸਐਪ, ਇੱਧਰ ਜਿੰਨੇ ਬੈਠੇ ਆ ਸ਼ਾਨ ਸਾਹਿਬ ਦਾ ਚਿਹਰਾ, ਇਹਨਾਂ ਬਚਪਨ 'ਚ ਮੋਬਾਈਲ ਨਹੀਂ ਚਲਾਇਆ। ਆ ਮੁੰਡੇ ਹੁਣ ਚਲਾਉਂਦੇ ਨਾ ਬਚਪਨ 'ਚ, ਮੂੰਹ ਚੌਂਸੇ ਅੰਬ ਦੀ ਗਿੜਕ ਤਰ੍ਹਾਂ ਨਿਕਲੇ। ਸੱਚੀ ਗੱਲ, ਮੈਂ ਸਹੀ ਗੱਲਾਂ ਕਰਨਾ। ਠੇਕੇਦਾਰਾਂ ਦੇ ਘਰ ਮੋਟਰ ਸਰਜੇ ਨਾ, ਤੇ ਬੰਦਾ ਚਾਚੇ ਘਰ ਪਾਣੀ ਭਰਨ ਜਾਏ, ਤੇ ਚਾਚੇ ਵੀ ਕਲਮੇ ਦੀ ਠੇਕੇਦਾਰ। ਹਾਂਜੀ, ਬੜੀ ਪੱਕੀ ਮੁਸਲਮਾਨ, ਤੇ ਦੂਜੀ ਵੇਲਾ ਬੰਦਾ ਬਟਨ ਸੁੱਟੇ ਨਾ ਮੋਟਰ ਦਾ, ਤੇ ਚਾਚੀ ਵੇਖ ਕੇ ਲੱਗ ਪੈਂਦੀ, ਇਹ ਸਾਡਾ ਵੀ ਹੁਣ ਪੰਪ ਸਾੜ ਕੇ ਹੀ ਸਾਲ ਆ ਜੇ। ਚਾਚਾ ਭਾਵੇਂ ਨਾ ਬੋਲੇ, ਚਾਚੀ ਜ਼ਰੂਰ ਬੋਲੇ। ਪਰ ਹੁਣ ਜਦੋਂ ਦੀ ਤਬਦੀਲੀ ਆਈ ਹੈ ਨਾ, ਚਾਚੀਆਂ ਵੀ ਯੂਟਰਨ ਲੈ ਲਿਆ। ਹਾਂਜੀ, ਚਾਚੀਆਂ ਡਾਇਰੈਕਟ ਨਹੀਂ ਬੋਲਦੀਆਂ, ਚਾਚੇ ਦੇ ਵਿੱਚ ਚਾਚੀ ਬੋਲਦੀ। ਆਵਾਜ਼ ਜ਼ਰਾ ਉੱਤੇ ਜਾਵੇ ਨਾ, ਬੀਬੀਆਂ ਬੈਠੀਆਂ ਨੇ, ਫਿਰ ਉੱਚੀ ਬੋਲੋ, ਚਾਚੇ ਦੇ ਵਿੱਚ ਚਾਚੀ ਬੋਲਦੀ, ਚਾਚੀ ਬੋਲਦੀ ਏ। ਅਸੀਂ ਤੇ ਘਰ 'ਚ ਭਰਾ ਨੂੰ ਆਪਣੀ ਮਾਂ ਨੂੰ ਚਾਹ ਨਹੀਂ ਨਾ ਫੜਾ ਸਕਦੇ, ਉਹ ਇੱਕ ਦੇ ਹੱਥ 'ਚ ਪੰਨੀ ਹੁੰਦੀ, ਉਹ ਸਾਰਿਆਂ ਨੂੰ ਸੂਤਾ ਲਵਾਉਂਦਾ, ਉਹ ਸਾਰਿਆਂ ਨੂੰ, ਬਲਕਿ ਜਿਹਦੇ ਕੋਲ ਨਾ ਹੋਵੇ ਉਹਨੂੰ ਮੁਫਤੀ ਵੀ ਲਵਾ ਦਿੰਦੇ। ਆ ਤਾਏ ਬੈਠੇ ਨੇ, ਪੁੱਛ ਲਵੋ ਇਹਨਾਂ ਨੂੰ, ਪੁਰਾਣੇ ਬੰਦੇ ਨੇ ਤਜਰਬਾ ਜਾ ਦਿੱਤੇ। ਸਪੀਕਰ ਪਸੰਦ ਨਾ ਆਇਆ, ਮੈਂ 2 ਮਿੰਟਾਂ 'ਚ ਤੇਰਾ ਕਲਿੱਪ ਬਣਾ ਦੇਣਾ, ਤਵੱਜੋ ਮੇਰੇ ਵੱਲ, ਤੂੰ ਸਾਊਂਡ ਇੰਜ ਚਲਾ ਰਿਹਾ ਵੇ ਜਿਵੇਂ ਹਕੂਮਤ ਮੁਲਕ ਚਲਾ ਰਹੀ ਹੈ, ਤੂੰ ਜ਼ਰਾ ਮੈਂ ਤੇਰੇ ਵੱਲ ਹੀ ਜ਼ਰਾ ਧਿਆਨ। ਪੁੱਤਰ ਦਰਵਾਜ਼ੇ ਵਾਲਾ, ਤੈਨੂੰ ਕੀ ਚਮੂਣੇ ਲੜੇ ਨੇ ਯਾਰ, ਮੇਰਾ ਚੰਨ ਉਹ ਮੇਰਾ ਮੱਖਣ, ਜ਼ਰਾ ਤਵੱਜੋ ਮੇਰਾ ਜਾਂਦਾ ਬਲੈਕ ਬਾਸਕਟ, ਮੇਰਾ ਚੰਨ ਜ਼ਰਾ ਉੱਚੀ ਪੜ, ਮੇਰਾ ਮੱਖਣ ਉਹ ਮੇਰੀ ਮਲਾਈ, ਉਹ ਮੇਰਾ ਚੰਨ। ਇਹ ਮੋਬਾਈਲ 'ਤੇ ਲੱਗੇ ਲੱਗੇ ਜਾ ਰਕਸ਼ੇ 'ਚ ਵੱਜਦੇ, ਲੱਗੇ ਲੱਗੇ ਜਾ ਟਰੱਕ 'ਚ ਵੱਜਦੇ, ਕਈ ਗੱਡ 'ਚ ਡਿੱਗ ਪੈਂਦੇ। ਮੈਂ ਇੱਕ ਮੁੰਡੇ ਨੂੰ ਰਾਤ 2:30 ਵਜੇ ਪੁੱਛਿਆ, ਯਾਰ ਮੈਨੂੰ ਰਾਹ ਦੱਸੀ, ਕਹਿੰਦਾ ਮੈਪ 'ਤੇ ਵੇਖ ਲਵੋ, ਮੈਂ ਲੋਡ ਲੈਣ ਚੱਲਾਂ। ਇਸ ਗੇ ਜੀ ਨਾਸਰ ਮਦਨੀ ਸਾਹਿਬ, ਜਿਹੜੇ ਪਿਆਰ ਪਿਆਰ ਦੇ ਨਾਲ ਬਹੁਤ ਹੀ ਗੱਲਾਂ ਅੱਛੀਆਂ ਅੱਛੀਆਂ ਸਮਝਾਉਂਦੇ ਨੇ, ਅਤੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਬਹੁਤ ਕੁਛ ਸਿੱਖਣ ਨੂੰ ਲੱਭਦਾ ਹੈ। ਵੀਰ ਜੀ,
ਮੈਂ ਜਦੋਂ ਵੀ ਉਹਨਾਂ ਦੀਆਂ ਵੀਡੀਓ ਦੇਖੀਆਂ ਨੇ ਉਹਨਾਂ ਵੀਡੀਓ ਦੇ ਵਿੱਚ ਕੁਛ ਨਾ ਕੁਛ ਮੈਨੂੰ ਸਿੱਖਣ ਨੂੰ ਜ਼ਰੂਰ ਲੱਭਿਆ ਅਤੇ ਮਜ਼ਾਕ ਮਜ਼ਾਕ ਦੇ ਵਿੱਚ ਉਹ ਬਹੁਤ ਪਿਆਰੀਆਂ ਦੀਨ ਦੀਆਂ ਗੱਲਾਂ ਸਮਝਾ ਜਾਂਦੇ ਨੇ ਆਪਣੇ ਇਲਮ ਦੇ ਖਜ਼ਾਨੇ ਨੂੰ ਉਹ ਵੰਡ ਰਹੇ ਨੇ ਮੁਹੱਬਤ ਦੇ ਵਿੱਚ ਇੱਕ ਹਾਸਿਆਂ ਦੇ ਵਿੱਚ ਉਹਨਾਂ ਦਾ ਸਮਝਾਉਣ ਦਾ ਬਹੁਤ ਹੀ ਤਰੀਕਾ ਵਧੀਆ ਮੈਨੂੰ ਤਾਂ ਬਹੁਤ ਪਸੰਦ ਹੈ ਤੁਹਾਨੂੰ ਕਿੱਦਾਂ ਲੱਗਾ ਕਮੈਂਟ ਦੇ ਵਿੱਚ ਜ਼ਰੂਰ ਦੱਸੋ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਅਤੇ ਮਿੱਤਰੋ ਜਲਦੀ ਨਾਲ ਕਰ ਲਓ ਸਰਦਾਰ ਰਿਐਕਸ਼ਨ ਨੂੰ ਸਬਸਕ੍ਰਾਈਬ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰਨਾ ਨਹੀਂ ਭੁੱਲਣਾ ਕਮੈਂਟ ਜ਼ਰੂਰ ਕਰਦੇ ਕਰੋ ਮਿੱਤਰੋ ਅਤੇ ਲੋ ਮਿਲਾਂਗੇ ਨੈਕਸਟ ਨਵੀਂ ਵੀਡੀਓ ਦੇ ਨਾਲ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।